ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਜਗਪ੍ਰੀਤ ਇੱਕ ਵਾਰ ਫਿਰ ਹਾਜ਼ਰ ਹਾਂ ਬ੍ਰੌਡਵੇ ਇਮੀਗ੍ਰੇਸ਼ਨ ਸਰਵਿਸਿਜ਼ ਤੋਂ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬ੍ਰੌਡਵੇ ਇਮੀਗ੍ਰੇਸ਼ਨ ਸਰਵਿਸਿਜ਼ ਦੀ ਇੱਕ ਨਿਰੰਤਰ ਕੋਸ਼ਿਸ਼ ਰਹਿੰਦੀ ਹੈ ਕਿ ਉਹ ਆਪਣੇ ਵੀਡੀਓਜ਼ ਤੁਹਾਡੇ ਤੱਕ ਲੈ ਕੇ ਪਹੁੰਚਦਾ ਰਹੇ ਔਰ ਤੁਹਾਨੂੰ ਲੇਟੈਸਟ ਇਨਫੋਰਮੇਸ਼ਨ ਦੇ ਨਾਲ ਵਾਕਿਫ ਕਰਾਉਂਦਾ ਰਹੇ। ਸੋ ਇਸੇ ਆਧਾਰ ਦੇ ਉੱਤੇ ਅੱਜ ਚੱਲਦੇ ਹੋਏ ਜੋ ਪਿਛਲੇ ਕੁਝ ਸਮੇਂ ਤੋਂ ਆਪਾਂ ਲਾਈਵ ਕਾਲਸ ਵੀ ਦੇਖ ਰਹੇ ਹਾਂ, ਸਟੂਡੈਂਟ ਸਾਨੂੰ ਸਾਡੀਆਂ ਵੀਡੀਓਜ਼ 'ਤੇ ਕਮੈਂਟ ਵੀ ਕਰਦੇ ਨੇ, ਉਹਨਾਂ ਕਮੈਂਟਸ ਦੇ ਵਿੱਚ ਜ਼ਿਆਦਾਤਰ ਇੱਕ ਕਨਫਿਊਜ਼ਨ ਦੇਖਣ ਨੂੰ ਬੱਚਿਆਂ ਦੀ ਬਹੁਤ ਮਿਲਦੀ ਹੈ ਕਿ ਜਿਨ੍ਹਾਂ ਸਟੂਡੈਂਟਸ ਨੇ ਕੈਨੇਡਾ ਅਪਲਾਈ ਕੀਤਾ ਜਾਂ ਉਹਨਾਂ ਦੇ ਵੀਜ਼ੇ ਵੀ ਉਹਨਾਂ ਦੇ ਕੋਲ ਆ ਚੁੱਕੇ ਸੀ, ਉਹਨਾਂ ਨੇ ਐਡਮਿਸ਼ਨ ਲਈ ਸੀ 1 ਈਅਰ ਪ੍ਰੋਗਰਾਮ ਦੇ ਵਿੱਚ। ਸੋ ਉਹ ਸਟੂਡੈਂਟ ਬਹੁਤ ਜ਼ਿਆਦਾ ਕਨਫਿਊਜ਼ ਨੇ ਕਿ ਉਹਨਾਂ ਦਾ ਕੈਨੇਡਾ ਟਰੈਵਲ ਹੋਣਾ ਪੋਸੀਬਲ ਹੈ ਜਾਂ ਨਹੀਂ, ਜਿਸ ਤਰੀਕੇ ਦੇ ਨਾਲ ਫਲਾਈਟਸ ਹਾਲੇ ਓਪਨ ਨਹੀਂ ਹੋਇਆ। ਸੋ ਇਹ ਵੀਡੀਓ ਉਹ ਸਾਰੇ ਟੌਪਿਕ ਦੇ ਉੱਤੇ ਬਿਲਕੁਲ ਫੋਕਸਡ ਰਹੇਗਾ ਔਰ ਕੋਸ਼ਿਸ਼ ਕਰਾਂਗੇ ਉਹ ਸਾਰੇ ਸਵਾਲਾਂ ਦੇ ਸਟੂਡੈਂਟਸ ਦੇ ਜਵਾਬ ਦੇਣ ਦੀ ਜਿਹੜੇ ਕਿ ਇਸ ਕਨਫਿਊਜ਼ਨ 'ਤੇ ਰੁਕੇ ਹੋਏ ਨੇ। ਸੋ ਇਸ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਤੁਸੀਂ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਸੋ ਦੈਟ ਤੁਸੀਂ ਸਾਡੇ ਆਉਣ ਵਾਲੇ ਵੀਡੀਓਜ਼ ਦੇ ਨਾਲ ਵਾਕਿਫ ਰਹੋ ਔਰ ਲੇਟੈਸਟ ਇਨਫੋਰਮੇਸ਼ਨ ਦੇ ਨਾਲ ਅਪਡੇਟਡ ਰਹੋ। ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਇੱਕ ਚੀਜ਼ ਮੈਂ ਹੋਰ ਤੁਹਾਨੂੰ ਦੱਸ ਦੇਣਾ ਚਾਹਾਂਗਾ ਕਿ ਜਿਹੜੇ ਵੀ ਸਟੂਡੈਂਟ IELTS ਦੀ ਆਨਲਾਈਨ ਕੋਚਿੰਗ ਲੈਣਾ ਚਾਹੁੰਦੇ ਨੇ, ਸੋ ਉਹ ਸਾਡੀ ਅਕੈਡਮੀ ਜੋ ਕਿ ਬ੍ਰੌਡਵੇ ਏਕੁਈ ਅਕੈਡਮੀ ਹੈ ਉਹਦੇ 'ਤੇ ਵਿਜ਼ਿਟ ਕਰ ਸਕਦੇ ਨੇ। ਉਹਦਾ ਲਿੰਕ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਤੁਹਾਨੂੰ ਮਿਲੇਗਾ। ਤੁਸੀਂ ਘਰ ਬੈਠੇ ਹੀ ਆਪਣੀ IELTS ਦੀ ਤਿਆਰੀ ਕਰ ਪਾਓਗੇ ਔਰ ਬਾਹਰ ਜਾਣ ਕੇ ਵਿਦੇਸ਼ ਵਿੱਚ ਪੜ੍ਹਨ ਦੇ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਪਾਓਗੇ। ਸੋ ਅੱਜ ਦੇ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸੋ ਸਭ ਤੋਂ ਵੱਡੀ ਕਨਫਿਊਜ਼ਨ, ਬਹੁਤ ਸਾਰੇ ਸਟੂਡੈਂਟ ਸਾਨੂੰ ਇਹ ਸਵਾਲ ਕਰਦੇ ਨੇ ਕਿ ਉਹਨਾਂ ਨੇ ਕੈਨੇਡਾ ਦੇ ਵਿੱਚ 1 ਈਅਰ ਪ੍ਰੋਗਰਾਮ ਲਿਆ ਹੋਇਆ ਔਰ ਉਹਦੇ 'ਤੇ ਉਹਨਾਂ ਦੀਆਂ ਕਨਫਿਊਜ਼ਨਸ ਕੀ ਰਹਿੰਦੀਆਂ ਨੇ। ਸੋ ਇਸ ਵੀਡੀਓ ਦੇ ਵਿੱਚ ਮੈਂ ਉਹ ਸਾਰੇ ਸਟੂਡੈਂਟਸ ਨੂੰ 2 ਕੈਟੇਗਰੀਜ਼ ਦੇ ਵਿੱਚ ਡਿਵਾਈਡ ਕੀਤਾ। ਪਹਿਲਾ ਕੈਟੇਗਰੀ ਦੇ ਵਿੱਚ ਉਹ ਸਾਰੇ ਸਟੂਡੈਂਟ ਆਉਂਦੇ ਨੇ ਜਿਨ੍ਹਾਂ ਨੇ ਮੇ ਇਨਟੇਕ ਦੇ ਲਈ ਅਪਲਾਈ ਕੀਤਾ ਸੀ, ਬਿਲਕੁਲ ਮੇ 2020 ਇਨਟੇਕ ਦੇ ਲਈ ਅਪਲਾਈ ਕੀਤਾ ਸੀ ਔਰ ਉਹਨਾਂ ਨੂੰ ਵੀਜ਼ਾ ਵੀ ਗ੍ਰਾਂਟ ਹੋਇਆ ਸੀ। ਜਿਵੇਂ ਤੁਸੀਂ ਜਾਣਦੇ ਹੋ ਕਿ ਲੋਕਡਾਊਨ ਦੇ ਦੌਰਾਨ ਸਾਰੀਆਂ ਫਲਾਈਟਸ ਬੰਦ ਹੋ ਗਈਆਂ ਸੀ, ਇੰਟਰਨੈਸ਼ਨਲ ਬਾਰਡਰ ਸ਼ਟਡਾਊਨ ਸੀਗੇ। ਸੋ ਕੁਝ ਸਟੂਡੈਂਟਸ ਨੇ ਮੇ ਇਨਟੇਕ ਜਿਨ੍ਹਾਂ ਨੇ 1 ਈਅਰ ਪ੍ਰੋਗਰਾਮ ਅਡੋਪਟ ਕੀਤਾ ਸੀ ਉਹਨਾਂ ਦੀਆਂ ਆਨਲਾਈਨ ਕਲਾਸਿਸ ਵੀ ਚਾਲੂ ਹੋ ਗਈਆਂ ਸੀ। ਸੋ ਜਿਹੜੇ ਸਟੂਡੈਂਟ ਉਹ ਆਨਲਾਈਨ ਕਲਾਸਿਸ ਅਟੈਂਡ ਕਰ ਰਹੇ ਨੇ ਉਹਨਾਂ ਦਾ ਇੱਕ ਬਹੁਤ ਵੱਡਾ ਸਵਾਲ ਸੀ ਕਿ ਉਹ ਬਾਕੀ ਦਾ, ਜਿਵੇਂ ਹੁਣ ਉਹਨਾਂ ਦਾ ਇੱਕ ਸਮੈਸਟਰ ਕੰਪਲੀਟ ਹੋਣ ਵਾਲਾ ਸਪਟੈਂਬਰ ਦੇ ਵਿੱਚ, ਕਿ ਬਾਕੀ ਦੀ ਪੜ੍ਹਾਈ ਉਹਨਾਂ ਦੀ ਕਿੱਦਾਂ ਕੰਪਲੀਟ ਹੋਏਗੀ। ਸੋ ਮੈਂ ਉਹ ਸਾਰੇ ਸਟੂਡੈਂਟਸ ਨੂੰ ਇੱਕ ਚੀਜ਼ ਕਲੀਅਰ ਕਰ ਦੇਣਾ ਚਾਹੁੰਦਾ ਕਿ ਜਿਹੜੀਆਂ ਗਵਰਨਮੈਂਟ ਜਾਂ ਕੈਨੇਡਾ ਹਾਈ ਕਮਿਸ਼ਨ ਨੇ ਰੂਲਸ ਐਂਡ ਰੈਗੂਲੇਸ਼ਨ ਭੇਜੇ ਸੀ, ਜਿਹੜੀਆਂ ਅਪਡੇਸ਼ਨਸ ਦਿੱਤੀਆਂ ਸੀ, ਉਹਨਾਂ ਦੇ ਵਿੱਚ ਸਾਫ਼ ਸਾਫ਼ ਸੀ ਕਿ ਸਟੂਡੈਂਟ ਓਵਰਸੀਜ਼, ਜਿਹੜਾ ਸਟੂਡੈਂਟ ਕੈਨੇਡਾ ਦੇ ਵਿੱਚ ਵੀਜ਼ਾ ਲੈ ਚੁੱਕਾ ਬਟ ਉਹ ਹਾਲੇ ਕੈਨੇਡਾ ਨਹੀਂ ਪਹੁੰਚਿਆ, ਉਹ ਬਾਹਰ ਰਹਿ ਕੇ ਆਪਣੇ ਹੋਮ ਕੰਟਰੀ ਦੇ ਵਿੱਚ ਰਹਿ ਕੇ ਆਪਣੀ ਪੜ੍ਹਾਈ 50% ਤੱਕ ਕੰਪਲੀਟ ਕਰ ਸਕਦਾ। ਸੋ ਤੁਸੀਂ ਬਿਲਕੁਲ ਬੇਫਿਕਰ ਰਹੋ, ਜਿਹੜੇ ਸਟੂਡੈਂਟਸ ਆਨਲਾਈਨ ਕਲਾਸਿਸ ਅਟੈਂਡ ਕਰ ਰਹੇ ਨੇ ਔਰ ਉਹਨਾਂ ਦਾ ਸਮੈਸਟਰ ਚੱਲ ਰਿਹਾ, ਉਹਨਾਂ ਲਈ ਕੋਈ ਕਿਸੇ ਤਰੀਕੇ ਦੀ ਪ੍ਰੋਬਲਮ ਨਹੀਂ ਆਏਗੀ, ਉਹਨਾਂ ਦੇ ਵਰਕ ਰਾਈਟਸ ਦੇ ਉੱਤੇ ਵੀ ਕੋਈ ਪ੍ਰੋਬਲਮ ਦੇਖਣ ਨੂੰ ਨਹੀਂ ਮਿਲੇਗੀ ਔਰ ਬਹੁਤ ਜਲਦ ਆਪਾਂ ਉਮੀਦ ਕਰਦੇ ਹਾਂ ਕਿ ਨੈਕਸਟ ਮੰਥ ਯਾਨੀ ਕਿ ਅਗਸਤ ਮੰਥ ਦੇ ਵਿੱਚ ਆਪਾਂ ਨੂੰ ਨਵੀਆਂ ਅਪਡੇਸ਼ਨਸ ਦੇਖਣ ਨੂੰ ਮਿਲਣਗੀਆਂ ਟਰੈਵਲ ਨੂੰ ਲੈ ਕੇ। ਸੋ ਜਿਸ ਵੇਲੇ ਹੀ ਟਰੈਵਲ ਓਪਨ ਹੁੰਦਾ ਤੁਸੀਂ ਫਲਾਈ ਕਰ ਸਕਦੇ ਹੋ ਔਰ ਆਪਣੀ ਬਾਕੀ ਦੀ ਜਿਹੜੀ ਪੜ੍ਹਾਈ ਹੈ ਉਹ ਕੈਨੇਡਾ ਜਾ ਕੇ ਤੁਸੀਂ ਪੜ੍ਹ ਸਕਦੇ ਹੋ। ਸੈਕਿੰਡ ਕੈਟੇਗਰੀ ਦੇ ਵਿੱਚ ਉਹ ਸਟੂਡੈਂਟ ਸਾਨੂੰ ਸਵਾਲ ਕਰਦੇ ਨੇ ਜਿਨ੍ਹਾਂ ਨੇ ਹੁਣ ਸਪਟੈਂਬਰ ਇਨਟੇਕ ਦੇ ਲਈ ਅਪਲਾਈ ਕੀਤਾ ਹੋਇਆ। ਸੋ ਉਹ ਸਾਰੇ ਸਟੂਡੈਂਟਸ ਦਾ ਵੀ ਇੱਕ ਬਹੁਤ ਵੱਡਾ ਸਵਾਲ ਸੀ ਕਿ ਅਸੀਂ 1 ਸਾਲ ਦਾ ਪ੍ਰੋਗਰਾਮ ਲਿਆ ਹੋਇਆ ਅਤੇ ਅਸੀਂ ਹੁਣ ਅਪਲਾਈ ਕਰ ਦਾਂਗੇ ਤਾਂ ਸਾਡਾ 1 ਸਮੈਸਟਰ ਜਨਵਰੀ ਤੱਕ ਨਿਕਲ ਜਾਏਗਾ, ਸਾਡੇ ਲਈ ਕੀ ਹੋਏਗਾ। ਸੋ ਮੈਂ ਉਹ ਸਾਰੇ ਸਟੂਡੈਂਟਸ ਨੂੰ ਇੱਕ ਐਡਵਾਈਸ ਕਰਾਂਗਾ, ਅਗਰ ਤੁਹਾਨੂੰ AIP ਮਿਲ ਚੁੱਕਿਆ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ AIP ਮਿਲੇਗਾ ਤਾਂ ਤੁਸੀਂ ਆਪਣੇ ਪ੍ਰੋਗਰਾਮ ਨੂੰ ਡੈਫਰ ਕਰ ਸਕਦੇ ਹੋ। ਬਿਲਕੁਲ ਕਿਸੇ ਵੀ ਕਨਫਿਊਜ਼ਨ ਦੇ ਵਿੱਚ ਰਹਿਣ ਦੀ ਜ਼ਰੂਰਤ ਨਹੀਂ ਹੈ, ਬਿਕੋਜ਼ ਜਲਦ ਹੀ ਆਪਣੀਆਂ ਟਰੈਵਲ ਰਿਸਟ੍ਰਿਕਸ਼ਨਸ ਜਿਹੜੀਆਂ ਨੇ ਉਹ ਲੂਜ਼ ਹੋ ਜਾਣਗੀਆਂ, ਥੋੜੀਆਂ ਫਲਾਈਟਸ ਓਪਨ ਹੋ ਜਾਣਗੀਆਂ ਜਿਹਦੇ ਥਰੂ ਸਟੂਡੈਂਟ ਕੈਨੇਡਾ ਟਰੈਵਲ ਕਰ ਪਾਏਗਾ ਔਰ ਤੁਸੀਂ ਜਿਨ੍ਹਾਂ ਨੇ ਸਪਟੈਂਬਰ ਇਨਟੇਕ ਦੇ ਲਈ ਅਪਲਾਈ ਕੀਤਾ ਹੋਇਆ ਬੇਸ਼ੱਕ ਤੁਹਾਨੂੰ AIP ਮਿਲ ਜੇ ਤਾਂ ਤੁਸੀਂ ਆਪਣਾ ਪ੍ਰੋਗਰਾਮ ਡੈਫਰ ਕਰ ਸਕਦੇ ਹੋ ਜਨਵਰੀ ਇਨਟੇਕ ਦੇ ਲਈ ਔਰ ਆਪਣੀ ਪੜ੍ਹਾਈ ਜਨਵਰੀ 'ਚ ਜਾ ਕੇ ਕੈਨੇਡਾ ਦੇ ਵਿੱਚ ਔਨ ਕੈਂਪਸ ਵੀ ਸਟਾਰਟ ਕਰ ਸਕਦੇ ਹੋ। ਇਸ ਦੇ ਨਾਲ ਹੀ ਮੈਂ ਤੁਹਾਨੂੰ ਇੱਕ ਹੋਰ ਅਪਡੇਟ ਦੇ ਦਿੰਦਾ, ਐਡਵਾਈਸ ਕਰਦਾ ਕਿ ਤੁਸੀਂ ਘਰ ਬੈਠੇ ਹੀ ਬ੍ਰੌਡਵੇ ਇਮੀਗ੍ਰੇਸ਼ਨ ਸਰਵਿਸਿਜ਼ ਦੀਆਂ ਆਨਲਾਈਨ ਸਰਵਿਸਿਜ਼ ਨੂੰ ਯੂਜ਼ ਕਰ ਸਕਦੇ ਹੋ। ਉਹਦੇ ਲਈ ਬਹੁਤ ਹੀ ਸੌਖਾ ਤਰੀਕਾ ਹੈ, ਤੁਸੀਂ ਸਾਡੀ ਵੈਬਸਾਈਟ
जो कि broadwaystudy.com है, उहदे ते विजिट करो, एक छोटा जिहा फॉर्म फिल करो बुक योर वीडियो काउंसलिंग दा, जिहदे थ्रू साडे वीजा एक्सपर्ट्स तुहाडे नाल घर बैठे ही जुड़नगे और तुहाडियां हर डाउट्स हर क्वेरीज नूं दूर करनगे और कोशिश करनगे तुहाडे विदेश विच पढ़न दे सुपनिआं नूं साकार कर पाईए। सो मिलदे हां जी एक नैक्सट वीडियो दे विच नवे अपडेट्स दे नाल, उदों लई मैनूं दिओ इजाजत, धन्नवाद। ब्रॉडवे तुहाडे विदेश जाण दे सुपनिआं नूं देवेगा हकीकत दी उड़ान।